ਜੋ ਕੁਛ ਵੀ ਇਹਨਾਂ ਨੇ ਕਿਹਾ ਉਹਦੇ ਮੇਰੇ ਹਿਸਾਬ ਨਾਲ ਟੋਟਲ ਉਲਟ ਕੰਮ ਕਰਦੇ ਨੇ। ਸਿਰਫ ਪਬਲਿਸਿਟੀ ਦੀ ਸਰਕਾਰ, ਖੰਭਿਆਂ 'ਤੇ ਟੰਗੀ ਹੋਈ ਸਰਕਾਰ ਬਣ ਕੇ ਰਹੇਗੀ, ਨਸ਼ੇ ਜਿਉਂ ਦੇ ਤਿਉਂ ਨੇ, ਬੇਰੁਜ਼ ਜਿਹੜੀ ਬੇਅਦਬੀ ਦਾ ਮਸਲਾ ਉਹ ਜਿਉਂ ਦਾ ਤਿਉਂ ਬਰਕਰਾਰ ਹੈਗਾ ਵਾ, ਜਿਹੜੇ ਤੁਹਾਡੇ ਗੈਰ ਕਾਨੂੰਨੀ ਮਾਈਨਿੰਗ ਜਿਉਂ ਚੱਲ ਰਹੀ, ਏ ਡੀ ਜੀ ਇੰਟੈਲੀਜੈਂਸ ਦੀ ਰਿਪੋਰਟ ਮੈਂ ਜਲੰਧਰੋਂ ਪ੍ਰੈਸ ਕਾਨਫਰੰਸ ਕਰਕੇ ਰੱਖ ਦਿੱਤੀ ਆ। ਮੈਂ ਸਮਝਦਾ ਕਿ ਸੁਖਬੀਰ ਬਾਦਲ ਨੇ ਆਪਣੇ ਕੈਰੇਕਟਰ ਅਸੈਸੀਨੇਸ਼ਨ ਕੀਤੀ ਹੈ। ਤੁਸੀਂ ਉਸ ਲੈਵਲ ਦੇ ਲੀਡਰ ਹੋ ਕੇ ਤੁਸੀਂ ਕਿਸੇ ਨਾਲ ਵਾਅਦਾ ਕਰਕੇ ਮੁੜ ਕੇ ਉਹਨੂੰ ਆਪਣੀ ਬੁੱਕਲ 'ਚ ਬਿਠਾ ਕੇ ਉਹਦਾ ਸਿਆਸੀ ਕਤਲ ਕਰੋ, ਇਹ ਤਾਂ ਬੜੀ ਮਾੜੀ ਗੱਲ ਹੈਗੀ ਆ। ਮੈਂ ਸਮਝਦਾ ਪਰਮਿੰਦਰ ਹੋਣਾ ਨਾਲ ਉਹੀ ਹੋਇਆ, ਉਹਨਾਂ ਨੂੰ ਪਹਿਲਾਂ ਵਰਗ ਲਾਇਆ ਗਿਆ, ਉਹਨਾਂ ਨਾਲ ਵਾਅਦੇ ਕੀਤੇ ਗਏ, ਅਤੇ ਜਦੋਂ ਇਲੈਕਸ਼ਨ ਲੜਾਉਣ ਦੀ ਮੌਕਾ ਆਇਆ ਤਾਂ ਕੋਈ ਹੋਰ ਆਦਮੀ ਨੂੰ ਨਾਮਜ਼ਦ ਕਰਤਾ। ਤਾਂ ਕਰਕੇ ਅਸੀਂ ਆਵਾਜ਼ ਦਿੱਤੀ ਆ ਕਿ ਢੀਂਡਸਾ ਸਾਹਿਬ ਦੇ ਪਰਿਵਾਰ ਨੂੰ, ਕਿਉਂਕਿ ਢੀਂਡਸਾ ਸਾਹਿਬ ਤਾਂ ਹੁਣ ਬਜ਼ੁਰਗ ਨੇ, ਪਰਮਿੰਦਰ ਦਾ ਤਾਂ ਹਲੇ ਭਵਿੱਖ ਹੈਗਾ ਵਾ, ਅਗਰ ਉਹ ਚਾਹੁੰਦੇ ਨੇ ਤਾਂ ਕਾਂਗਰਸ ਪਾਰਟੀ ਆਉਣ ਸਾਡੇ ਕੋਲ, ਜੁਆਇਨ ਕਰਨ, ਅਸੀਂ ਰਿਸਪੈਕਟ ਕਰਾਂਗੇ ਉਹਨਾਂ ਦੀ ਜਿਹੜੀ ਇਹਨਾਂ ਨੇ ਤੋਹੀਨ ਕੀਤੀ ਉਹਦੀ ਇੱਜ਼ਤ ਬਹਾਲੀ ਅਸੀਂ ਕਰਾਂਗੇ। ਕਿ ਜਿਹੜਾ ਕੇਜਰੀਵਾਲ ਬਦਲਾਵ ਦੀ ਗੱਲ ਕਰਕੇ 10 ਸਾਲ ਪਹਿਲਾਂ ਉਤਰਿਆ ਸੀ ਮੈਦਾਨ 'ਚ, 10 ਸਾਲਾਂ ਬਾਅਦ ਅੱਜ ਉਹ ਟੇਂਟਡ ਪੋਲੀਟੀਸ਼ੀਅਨ, ਅੱਜ ਉਹਦੇ 'ਤੇ ਦਾਗ ਲੱਗੇ ਹੋਏ ਨੇ, ਉਹ ਜਿੰਨਾ ਮਰਜ਼ੀ ਕਹੀ ਜਾਣ ਕੱਟੜ ਇਮਾਨਦਾਰ। ਸੁਖਪਾਲ ਸਿੰਘ ਖਹਿਰਾ ਜ਼ਿਲ੍ਹਾ ਸੰਗਰੂਰ ਦੇ ਅਲੱਗ ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਰਹੇ ਨੇ, ਆਪਣੇ ਕਾਂਗਰਸੀ ਵਰਕਰਾਂ ਨੂੰ ਮਿਲ ਰਹੇ ਨੇ, ਗੱਲਬਾਤ ਕਰਦੇ ਆ। ਸੁਨਾਮ ਦੇ ਵਿੱਚ ਪਹੁੰਚੇ ਨੇ ਖਹਿਰਾ ਸਾਹਿਬ, ਸੁਨਾਮ ਦੇ ਵਿੱਚ ਪਹੁੰਚੇ ਹੋ, ਕਾਂਗਰਸੀ ਵਰਕਰਾਂ ਨੂੰ ਮਿਲ ਰਹੇ ਹੋ, ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ? ਅੱਛਾ ਰਿਸਪੌਂਸ ਹੈ ਜੀ, ਔਰ ਮੇਰਾ ਖਿਆਲ ਹੈ ਕਿ ਕਾਂਗਰਸ ਦਾ ਜਿਹੜਾ ਕੇਡਰ ਹੈ ਇੱਥੇ ਬਹੁਤ ਮਜ਼ਬੂਤ ਹੈ। ਉਹ ਅਲੱਗ ਗੱਲ ਹੈ ਕਿ 2022 ਵਿੱਚ ਉਹਨਾਂ ਨੂੰ ਥੋੜ੍ਹੀ ਹਾਰ ਦੇਖਣੀ ਪਈ, ਲੇਕਿਨ ਅੱਜ ਦੀ ਡੇਟ ਵਿੱਚ ਕਾਂਗਰਸ ਦਾ ਹਰ ਵਰਕਰ ਉਤਸ਼ਾਹਿਤ ਆ, ਉਹਨਾਂ ਨੂੰ ਇਹ ਲੱਗ ਰਿਹਾ ਵਾ ਕਿ ਅਸੀਂ ਇਹ ਜੰਗ ਜਿੱਤਾਂਗੇ। ਔਰ ਇਹਦੇ ਮੁਕਾਬਲੇ 'ਤੇ ਜਿਹੜਾ ਆਮ ਆਦਮੀ ਪਾਰਟੀ ਦਾ ਵਾਲੰਟੀਅਰ ਬੜਾ ਨਿਰਾਸ਼ ਆ, ਕਿਉਂਕਿ ਜਦੋਂ ਰਾਜ ਸਭਾ ਦੀਆਂ ਸੀਟਾਂ ਦੇਣੀਆਂ ਸੀ ਤਾਂ ਉਦੋਂ ਅਮੀਰ ਆਦਮੀ ਲਵਲੀ ਯੂਨੀਵਰਸਿਟੀ ਵਾਲੇ ਅਤੇ ਸਨੀ ਅਰੋੜਾ ਲੁਧਿਆਣੇ ਦੇ ਪ੍ਰੋਪਰਟੀ ਡੀਲਰ ਲੱਭ ਲਏ, ਜਦੋਂ ਨੌਕਰੀਆਂ ਦੇਣੀਆਂ ਸੀਗੀਆਂ ਉਦੋਂ ਸਾਰੇ ਗੈਰ ਪੰਜਾਬੀ ਹਰਿਆਣੇ ਅਤੇ ਰਾਜਸਥਾਨ ਅਤੇ ਹਿਮਾਚਲ ਦੇ ਬੱਚੇ ਲੈ ਗਏ, ਜਦੋਂ ਇਹਨਾਂ ਨੇ ਵੱਡੀਆਂ ਅਪੁਆਇੰਟਮੈਂਟਸ ਕਰਨੀਆਂ ਸੀ, ਮਿਸਾਲ ਦੇ ਤੌਰ 'ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਪਰਸਨ ਲਾਉਣਾ ਸੀ ਉਹ ਦਿੱਲੀਓ ਕੇਜਰੀਵਾਲ ਸਾਹਿਬ ਨੇ ਭੇਜ ਦਿੱਤਾ, ਜਦੋਂ ਇਹਨਾਂ ਨੇ ਰੇਰਾ ਦਾ ਚੇਅਰਮੈਨ ਲਾਉਣਾ ਸੀ ਜਿਹੜੀ ਵੱਡੀ ਅਥਾਰਿਟੀ ਆ ਰੀਅਲ ਇਸਟੇਟ ਦੀ, ਉਦੋਂ ਉਹਨਾਂ ਨੇ ਦਿੱਲੀਓਂ ਬੰਦਾ ਭੇਜ ਦਿੱਤਾ। ਸਾਡਾ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦਾ ਵੀ ਸੀ ਲਾਉਣਾ ਸੀਗਾ ਉਹ ਬਾਹਰੋਂ ਆਣ ਕੇ ਦਿੱਲੀਓਂ ਬੰਦਾ ਭੇਜ ਦਿੱਤਾ। ਸੋ ਇਹ ਵਾਲੰਟੀਅਰਸ ਤਾਂ ਨਿਰਾਸ਼ ਹੈ ਕਿ ਜਦੋਂ ਸਭ ਕੁਝ ਦੇਣਾ ਹੀ ਦੂਜਿਆਂ ਨੂੰ ਆ, ਤਾਂ ਫਿਰ ਅਸੀਂ ਤੁਹਾਡੇ ਵਾਸਤੇ ਸੋਸ਼ਲ ਮੀਡੀਆ 'ਤੇ ਕਿਉਂ ਲੜਾਈ ਲੜੀਏ? ਅਸੀਂ ਕਿਉਂ ਦੂਸਰੀਆਂ ਪਾਰਟੀਆਂ ਦੇ ਨਾਲ ਗਾਲੀ ਗਲੋਚ ਕਰੀਏ? ਅਸੀਂ ਸਿਰਫ ਸਾਨੂੰ ਦਰਿਆ ਵਾਸਤੇ ਚੱਕਣ ਵਾਸਤੇ ਲੱਗਦਾ। ਸੋ ਇਹਨਾਂ ਦਾ ਕੇਡਰ ਹੀ ਡਿਮੋਰਲਾਈਜ਼ਡ, ਪਹਿਲੀ ਗੱਲ ਤਾਂ ਇਹਨਾਂ ਦਾ ਬਹੁਤਾ ਕੇਡਰ ਹੈ ਨਹੀਂ ਸੀਗਾ, ਇਹ ਬੇਸਿਕਲੀ ਹਵਾ ਦੇ ਨਾਲ ਆਈ ਹੋਈ ਪਾਰਟੀ ਸੀਗੀ, ਲੇਕਿਨ ਹੁਣ ਜਿਹੜਾ ਵੀ ਕੇਡਰ ਇਹਨਾਂ ਦਾ ਬਾਕੀ ਹੈ ਉਹ ਬਹੁਤ ਹਤਾਸ਼ ਨੇ। ਮਿਨਿਸਟਰਸ ਜਿਹੜੇ ਨੇ ਬਣੇ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਤਾਂ ਸਾਦੇ ਜੇ ਬੰਦੇ ਹਾਂ, ਜਿਸ ਔਰਡਨਰੀ ਜੇ, ਨਾ ਅਸੀਂ ਸਰਕਾਰੀ ਘਰ ਲਵਾਂਗੇ, ਨਾ ਅਸੀਂ ਗੱਡੀ ਲਵਾਂਗੇ, ਨਾ ਅਸੀਂ ਸਿਕਿਉਰਿਟੀ ਲਵਾਂਗੇ। ਹੁਣ ਮਾਨ ਸਾਹਿਬ ਇਸ ਜ਼ਿਲ੍ਹੇ ਦੇ ਨੇ, 1000 ਆਦਮੀ ਤਾਂ ਗਨਮੈਨ ਹੀ ਲਈ ਫਿਰਦੇ ਜੀ, ਮਾਤਾ ਜੀ ਲਹਿਦਾ ਲਈ ਫਿਰਦੇ ਨੇ ਜੀ, ਘਰਵਾਲੀ ਲਹਿਦਾ ਲਈ ਫਿਰਦੀ, ਭੈਣ ਜੀ ਲਹਿਦਾ ਲਈ ਫਿਰਦੇ ਨੇ, ਲੈਕਸਸ ਗੱਡੀਆਂ ਜਿਹੜੀਆਂ 5-5 ਕਰੋੜ ਦੀਆਂ ਸਰਕਾਰ ਦੀਆਂ, ਸਾਰਾ ਟੱਬਰ ਯੂਜ਼ ਕਰ ਰਿਹਾ ਵਾ, ਰਾਘਵ ਚੱਡਾ ਅਤੇ ਕੇਜਰੀਵਾਲ ਤੱਕ ਪਹੁੰਚਾਈਆਂ ਹੋਈਆਂ ਨੇ। ਔਰ ਜਿਹੜੇ ਇਹ ਸਵਰਾਜ ਦੀ ਗੱਲ ਕਰਦੇ ਸੀ ਕਿ ਵਾਲੰਟੀਅਰ ਨੂੰ ਪੁੱਛ ਕੇ ਪਾਰਟੀ 'ਚ ਲਾਇਆ ਕਰਾਂਗੇ, ਉਹਦੇ ਤੋਂ ਮੁਨਕਰ, ਉਲਟਾ ਕੀ ਹੋਇਆ ਕਿ ਜਿਹੜਾ ਕੇਜਰੀਵਾਲ ਬਦਲਾਵ ਦੀ ਗੱਲ ਕਰਕੇ 10 ਸਾਲ ਪਹਿਲਾਂ ਉਤਰਿਆ ਸੀ ਮੈਦਾਨ 'ਚ, 10 ਸਾਲਾਂ ਬਾਅਦ ਅੱਜ ਉਹ ਟੇਂਟਡ ਪੋਲੀਟੀਸ਼ੀਅਨ ਆ, ਅੱਜ ਉਹਦੇ 'ਤੇ ਦਾਗ ਲੱਗੇ ਹੋਏ ਨੇ, ਉਹ ਜਿੰਨਾ ਮਰਜ਼ੀ ਕਹੀ ਜਾਣ ਕੱਟੜ ਇਮਾਨਦਾਰ। ਸੁਪਰੀਮ ਕੋਰਟ ਨੇ ਜਦੋਂ ਸਤਿੰਦਰ ਜੈਨ ਅਤੇ ਮਨੀਸ਼ ਸਿਸੋਡੀਆ ਦੀਆਂ ਜ਼ਮਾਨਤਾਂ ਰਿਜੈਕਟ ਕੀਤੀਆਂ, ਉਹ 1.5-1.5 ਸਾਲ ਦੇ ਅੰਦਰ ਨੇ। ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆ ਕਿ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸ਼ਰਾਬ ਘੁਟਾਲੇ ਵਿੱਚ ਦਿੱਲੀ ਸਾਬਤ ਹੋ ਰਹੀ ਹੈ। ਹੁਣ ਕੇਜਰੀਵਾਲ ਸਾਹਿਬ ਹਾਈਕੋਰਟ ਗਏ, ਉਹਨਾਂ ਨੇ ਇਹਦੀ ਪਟੀਸ਼ਨ ਡਿਸਮਿਸ ਕੀਤੀ ਹੈ, ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੇ ਖਿਲਾਫ ਤਾਂ ਸਬੂਤ ਹੀ ਬਹੁਤ ਹੈ ਈਡੀ ਦੇ ਕੋਲ, ਪਰ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ, ਦੇ ਆਰ ਨੋਟ ਈਵਨ ਪ੍ਰਿਪੇਅਰ ਟੂ ਵਾਟ ਸ਼ੁਡ ਆਈ ਸੇ, ਕਿ ਜੁਡੀਸ਼ਰੀ ਨੂੰ ਵੀ ਡਿਫਾਈ ਕਰ ਰਹੇ ਨੇ। ਔਰ ਉੱਥੇ ਕਹਿੰਦੇ ਨੇ ਕਿ CBI ਅਤੇ ED ਨੇ ਸਾਨੂੰ ਬੜਾ ਪਰੇਸ਼ਾਨ ਕੀਤਾ, ਇੱਥੇ ਆਪਣੇ ਵਿਰੋਧੀਆਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਦੇ ਨੇ। ਮੈਂ ਤੁਹਾਡੇ ਸਾਹਮਣੇ ਬੈਠਾ, 9 ਸਾਲ ਪੁਰਾਣਾ NDPS ਦਾ ਮੁਕੱਦਮਾ, ਜਿਸ ਦਿਨ ਜ਼ਮਾਨਤ ਹੁੰਦੀ ਇੱਕ ਹੋਰ ਪਰਚਾ,
ਕੁੱਲ 5 ਪਰਚੇ ਮੇਰੇ 'ਤੇ 2 ਸਾਲਾਂ ਦੇ ਵਿੱਚ ਦਰਜਨਾਂ ਕਾਂਗਰਸੀ ਫੜ ਕੇ ਅੰਦਰ ਦੇ ਦਿੱਤੇ, ਕਿੰਨੇ ਸਰਪੰਚਾਂ ਨੂੰ ਸਸਪੈਂਡ ਕਰਾਇਆ, ਕਿੰਨੇ ਕੌਂਸਲਰਾਂ ਨੂੰ, ਕਿੰਨੀਆਂ ਕਮੇਟੀਆਂ ਤੋੜੀਆਂ, ਕਿ ਕਿਸੇ ਆਮ ਆਦਮੀ ਪਾਰਟੀ ਦੇ ਖਿਲਾਫ਼ ਐਕਸ਼ਨ ਲਿਆ ਇਹਨਾਂ ਲੀਡਰ ਦੇ ਖਿਲਾਫ਼, ਕਟਾਰੂ ਚੱਕ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਸੀ ਬਣਦਾ, ਸਰਬਜੀਤ ਕੌਰ ਮਾਣੂਕੇ ਨੇ ਕੋਠੀ 'ਤੇ ਕਬਜ਼ਾ ਕੀਤਾ, ਨਜਾਇਜ਼ NRI 'ਤੇ ਕੋਈ ਐਕਸ਼ਨ ਨਹੀਂ ਸੀ ਬਣਦਾ, ਇਹਨਾਂ ਦੇ MLAs ਜਿਹੜਾ ਇੱਕ ਮੀਡੀਆ ਦੇ ਇੱਕ ਬੜੇ ਚੰਗੇ ਭਲੇ ਇਸਟੈਬਲਿਸ਼ਡ ਹਾਊਸ 'ਤੇ ਪਠਾਨ ਮਾਜਰਾ ਪਰਚੇ ਦਰਜ ਕਰਾ ਕੇ ਉਹਦਾ ਵਪਾਰ ਖੋ ਰਿਹਾ ਵਾ, ਉਹਦੇ 'ਤੇ ਕੋਈ ਪਰਚਾ ਨਹੀਂ ਬਣਦਾ। ਸੋ ਇਸ ਕਰਕੇ ਜੋ ਕੁਛ ਵੀ ਇਹਨਾਂ ਨੇ ਕਿਹਾ ਉਹਦੇ ਮੇਰੇ ਹਿਸਾਬ ਨਾਲ ਟੋਟਲ ਉਲਟ ਕੰਮ ਕਰਦੇ ਨੇ। ਸਿਰਫ ਪਬਲਿਸਿਟੀ ਦੀ ਸਰਕਾਰ ਆ, ਖੰਭਿਆਂ 'ਤੇ ਟੰਗੀ ਹੋਈ ਸਰਕਾਰ ਬਣ ਕੇ ਰਹੇਗੀ, ਨਸ਼ੇ ਜਿਉਂ ਦੇ ਤਿਉਂ ਨੇ, ਜਿਹੜੀ ਬੇਅਦਬੀ ਦਾ ਮਸਲਾ ਉਹ ਜਿਉਂ ਦਾ ਤਿਉਂ ਬਰਕਰਾਰ ਹੈਗਾ ਵਾ, ਜਿਹੜੇ ਤੁਹਾਡੇ ਗੈਰ ਕਾਨੂੰਨੀ ਮਾਈਨਿੰਗ ਜਿਉਂ ਚੱਲ ਰਹੀ, ADG ਇੰਟੈਲੀਜੈਂਸ ਦੀ ਰਿਪੋਰਟ ਮੈਂ ਜਲੰਧਰੋਂ ਪ੍ਰੈਸ ਕਾਨਫਰੰਸ ਕਰਕੇ ਰੱਖ ਦਿੱਤੀ ਆ। ਦਿਸ ਇਜ਼ ਨੋਟ ਪੋਲੀਟਿਕਸ, ਪੰਜਾਬ ਦੇ ਜਿਹੜੇ ਇਸ਼ੂਜ਼ ਉਹ ਬਰਕਰਾਰ ਨੇ। ਸਾਨੂੰ ਪਾਕਿਸਤਾਨ ਨਾਲ ਬਾਰਡਰ ਖੋਲ੍ਹਣ ਦੀ ਐਡਵੋਕੇਸੀ ਕਰਨੀ ਚਾਹੀਦੀ ਹੈ, ਸਾਨੂੰ ਪੰਜਾਬ ਦੇ ਫਸਲਾਂ ਦੀ MSP ਵਾਸਤੇ ਸਟਰਗਲ ਕਰਨਾ ਚਾਹੀਦਾ ਵਾ। ਇਹਨਾਂ ਨੇ ਪਿਛਲੇ 2 ਸਾਲ ਦੇ ਵਿੱਚ ਕਿਸੇ ਇਸ਼ੂ ਨੂੰ ਸੀਰੀਅਸਲੀ ਨਹੀਂ ਲਿਆ, ਬਸ ਇੱਦਾਂ ਹੀ ਆਪਣੇ ਵਿਰੋਧੀਆਂ ਦੇ ਉੱਤੇ ਟਿੱਚਰਾਂ ਕਰਕੇ ਗੀਤ ਗਾਣੇ ਸੁਣਾ ਕੇ। ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ, ਜਿਵੇਂ ਤੁਸੀਂ ਇਹ ਬਦਲਾਖੋਰੀ ਜਾਂ ਤੁਸੀਂ ਇਹ ਜਿਹੜੀਆਂ ਦੱਸੀਆਂ ਨੇ ਘਟਨਾਵਾਂ ਤੁਹਾਡੇ ਨਾਲ ਹੋਇਆ, ਤਾਂ ਕਿਤੋਂ ਤੁਸੀਂ ਦੂਰ ਤੋਂ ਆ ਕੇ ਇੱਥੇ ਜਾਂ ਕਰ ਰਹੇ ਹੋ? ਜਿਹੜੇ ਵਿਰੋਧੀ ਨੇ ਕਿਤੇ ਨਾ ਕਿਤੇ ਉਹ ਇਸ ਤਰੀਕੇ ਨਾਲ ਇਲਜ਼ਾਮ ਲਗਾ ਰਹੇ ਨੇ ਕਿ ਲੋਕਲ ਜਿਹੜੇ ਲੀਡਰ ਹੈਗੇ ਸੀ ਉਹਨਾਂ ਦੀ ਬਜਾਏ ਸੁਖਪਾਲ ਖਹਿਰਾ ਆਪਣੇ ਨਿੱਜੀ ਬਦਲਾਖੋਰੀ ਦੇ ਕਾਰਨ ਸੰਗਰੂਰ 'ਚ ਆਏ ਨੇ? ਨਹੀਂ, ਬਿਲਕੁਲ ਨਹੀਂ। ਬਦਲਾਖੋਰੀ ਦੀ ਰਾਜਨੀਤੀ ਇੱਕ ਇਸ਼ੂ ਹੈ ਪੰਜਾਬ 'ਚ, ਕਿਉਂਕਿ ਇਹ ਕਹਿੰਦੇ ਨੇ ਕਿ ਮੋਦੀ ਸਾਡੇ ਨਾਲ ਕਰਦਾ, ਇਹ ਵੀ ਪੰਜਾਬ 'ਚ ਕਰਦੇ ਨੇ। ਮੀਡੀਆ ਨੂੰ ਕੰਟਰੋਲ ਕਹਿੰਦੇ, ਗੋਦੀ ਮੀਡੀਆ ਬਣਾਇਆ, ਇਹ ਵੀ ਪੰਜਾਬ 'ਚ ਕਰਦੇ ਨੇ। ਦੈਟ ਇਜ਼ ਵਨ ਸਮਾਲ ਇਸ਼ੂ, ਟਾਈਨੀ। ਪਰ ਜਿਹੜਾ ਇਹ ਕਹਿਣਾ ਕਿ ਮੈਂ ਬਾਹਰੋਂ ਆ ਰਿਹਾ, ਜਦੋਂ ਖਹਿਰਾ ਭੁਲੱਥ ਦਾ MLA ਸੀ, ਉਹ ਮੱਤੇਵਾੜਾ ਜਾਂਦਾ ਵਾ ਅਤੇ ਉਦੋਂ ਪੰਜਾਬ ਦਾ ਉਹ ਪੁੱਤ ਬਣਦਾ, ਜਾਂ ਮਤਲਬ ਉਦੋਂ ਉਹ ਬਾਹਰਲਾ ਨਹੀਂ ਸਮਝਿਆ ਜਾਂਦਾ। ਜਦੋਂ ਸੁਖਪਾਲ ਖਹਿਰਾ ਕੋਰਟ ਦੁਨੇ ਆਣ ਕੇ ਉਹਦੇ ਭਾਨੇ ਸਿੱਧੂ ਦੇ ਹੱਕ 'ਚ ਹਾਂ ਦਾ ਨਾਰਾ ਮਾਰਦਾ, ਉਦੋਂ ਤਾਂ ਬਾਹਰਲਾ ਨਹੀਂ ਗਿਣਿਆ ਗਿਆ ਹੈਗਾ। ਜਦੋਂ ਜ਼ਹਿਰੀਲੀ ਪਾਣੀ ਦੇ ਬੁੱਢੇ ਨਾਲੇ ਦੀ ਲੜਾਈ ਲੜਦਾ, ਉਦੋਂ ਨਹੀਂ ਗਿਣਿਆ ਗਿਆ ਬਾਹਰਲਾ। ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦਾ ਕੋਟਕਪੂਰੇ ਜਾ ਕੇ, ਉਦੋਂ ਬਾਹਰਲਾ ਨਹੀਂ ਗਿਣਿਆ ਗਿਆ। ਇਸ ਤਰ੍ਹਾਂ ਨਾਲ ਅਨੇਕਾਂ ਜਿਹੜੇ ਜਿੱਥੇ ਲੋੜ ਪਈ ਕਿਸੇ ਨੂੰ ਹਾਂ ਦੇ ਨਾਰੇ ਦੀ, ਉੱਥੇ ਮੈਂ ਗਿਆ ਵਾਂ। ਸੋ ਮੈਨੂੰ ਲੱਗਦਾ ਕਿ ਇਹ ਇਸ਼ੂ ਸਿਰਫ ਰੂਲਿੰਗ ਪਾਰਟੀ, ਕਿਉਂਕਿ ਉਹਨਾਂ ਨੂੰ ਮੇਰੇ ਖਿਲਾਫ਼ ਹੋਰ ਕਹਿਣ ਨੂੰ ਕੁਛ ਨਹੀਂ ਗਾ। ਇਸ ਇਲਜ਼ਾਮ ਤੋਂ ਇਲਾਵਾ ਉਹਨਾਂ ਦੇ ਕੋਲ ਮੇਰੇ ਖਿਲਾਫ਼ ਕੋਈ ਇਲਜ਼ਾਮ ਲਾਉਣ ਨੂੰ ਨਹੀਂ ਗਾ। ਅੱਜ ਮੇਰੇ ਕੋਲ ਮੇਰੇ ਖਿਆਲ 7-8 ਦਿਨ 10 ਦਿਨ ਹੋ ਗਏ ਨੇ ਘੁੰਮਦਿਆਂ ਨੂੰ ਸੰਗਰੂਰ, ਮੈਨੂੰ ਕਿਸੇ ਇੱਕ ਵਿਅਕਤੀ ਨੇ ਨਹੀਂ ਕਿਹਾ। ਉਲਟਾ ਸਗੋਂ ਮੇਰੇ ਸਿਰ 'ਤੇ ਮੇਰੇ ਬਜ਼ੁਰਗ ਔਰਤਾਂ ਹੱਥ ਰੱਖਦੀਆਂ ਨੇ, ਥਾਪੀ ਦਿੰਦੇ ਨੇ, ਆਸ਼ੀਰਵਾਦ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਪਿਛਲੇ ਕੁਛ ਅਰਸੇ ਤੋਂ ਜੋ ਵੀ ਜੱਦੋਜਹਿਦ ਕੀਤੀ ਉਹਨੇ ਪੰਜਾਬ ਲਈ ਕੀਤੀ ਆ, ਪੰਜਾਬੀਆਂ ਲਈ ਕੀਤੀ ਆ, ਕਿਸਾਨਾਂ ਲਈ ਕੀਤੀ ਆ, ਖੇਤ ਮਜ਼ਦੂਰਾਂ ਲਈ ਕੀਤੀ ਆ, ਵਪਾਰੀਆਂ ਲਈ ਕੀਤੀ ਆ, ਛੋਟੇ ਦੁਕਾਨਦਾਰ ਲਈ ਕੀਤੀ ਆ, ਹਰ ਵਰਗ ਦੇ ਲੋਕਾਂ ਲਈ ਕੀਤੀ ਆ। ਦੇਅਰਫੋਰ ਇਹ ਇਲਜ਼ਾਮ ਬੇਬੁਨਿਆਦ। ਤੁਹਾਡੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਅਤੇ ਢੀਂਡਸਾ ਪਰਿਵਾਰ ਦੀ ਇੱਕ ਸੀਟ ਪਿੱਛੇ ਗਰਾਰੀ ਫਸੀ ਪਈ ਆ। ਪਹਿਲਾਂ ਇਕੱਠੇ ਸੀ ਪਰਮਿੰਦਰ ਸਿੰਘ ਢੀਂਡਸਾ ਚੋਣ ਪ੍ਰਚਾਰ ਵੀ ਕਰਨ ਲੱਗ ਗਏ ਸੀ, ਪਰ ਜਦੋਂ ਨਹੀਂ ਸੀਟ ਮਿਲੀ ਤਾਂ ਹੁਣ ਦੋਨਾਂ 'ਚ ਦਰਾੜ ਆ ਰਹੀ ਆ, ਕਿਵੇਂ ਦੇਖੋਗੇ? ਤਾਂ ਮੈਂ ਸਮਝਦਾ ਕਿ ਸੁਖਬੀਰ ਬਾਦਲ ਨੇ ਆਪਣੇ ਕੈਰੇਕਟਰ ਅਸੈਸੀਨੇਸ਼ਨ ਕੀਤੀ ਆ। ਤੁਸੀਂ ਉਸ ਲੈਵਲ ਦੇ ਲੀਡਰ ਹੋ ਕੇ ਤੁਸੀਂ ਕਿਸੇ ਨਾਲ ਵਾਅਦਾ ਕਰਕੇ ਮੁੜ ਕੇ ਉਹਨੂੰ ਆਪਣੀ ਬੁੱਕਲ 'ਚ ਬਿਠਾ ਕੇ ਉਹਦਾ ਸਿਆਸੀ ਕਤਲ ਕਰੋ, ਇਹ ਤਾਂ ਬੜੀ ਮਾੜੀ ਗੱਲ ਹੈਗੀ ਆ। ਮੈਂ ਸਮਝਦਾ ਪਰਮਿੰਦਰ ਹੋਣਾ ਨਾਲ ਉਹੀ ਹੋਇਆ, ਉਹਨਾਂ ਨੂੰ ਪਹਿਲਾਂ ਵਰਗ ਲਾਇਆ ਗਿਆ, ਉਹਨਾਂ ਨਾਲ ਵਾਅਦੇ ਕੀਤੇ ਗਏ, ਅਤੇ ਜਦੋਂ ਇਲੈਕਸ਼ਨ ਲੜਾਉਣ ਦੀ ਮੌਕਾ ਆਇਆ ਤਾਂ ਕੋਈ ਹੋਰ ਆਦਮੀ ਨੂੰ ਨਾਮਜ਼ਦ ਕਰਤਾ। ਤਾਂ ਹੀ ਕਰਕੇ ਅਸੀਂ ਆਵਾਜ਼ ਦਿੱਤੀ ਆ ਕਿ ਢੀਂਡਸਾ ਸਾਹਿਬ ਦੇ ਪਰਿਵਾਰ ਨੂੰ, ਕਿਉਂਕਿ ਢੀਂਡਸਾ ਸਾਹਿਬ ਤਾਂ ਹੁਣ ਬਜ਼ੁਰਗ ਨੇ, ਪਰਮਿੰਦਰ ਦਾ ਤਾਂ ਹਲੇ ਭਵਿੱਖ ਹੈਗਾ ਵਾ, ਅਗਰ ਉਹ ਚਾਹੁੰਦੇ ਨੇ ਤਾਂ ਕਾਂਗਰਸ ਪਾਰਟੀ ਆਉਣ ਸਾਡੇ ਕੋਲ, ਜੁਆਇਨ ਕਰਨ, ਅਸੀਂ ਰਿਸਪੈਕਟ ਕਰਾਂਗੇ ਉਹਨਾਂ ਨੂੰ, ਉਹਨਾਂ ਦੀ ਜਿਹੜੀ ਇਹਨਾਂ ਨੇ ਤੋਹੀਨ ਕੀਤੀ ਉਹਦੀ ਇੱਜ਼ਤ ਬਹਾਲੀ ਅਸੀਂ ਕਰਾਂਗੇ ਉਹਨਾਂ ਨੂੰ। ਰਿਸ਼ਤੇਦਾਰ ਦੇ ਵੀ ਅਲੱਗ ਅਲੱਗ ਜਿਹੜੇ ਹੈਗੇ ਨੇ ਬਿਆਨ ਆ ਰਹੇ ਨੇ, ਮਜੀਠੀਆ ਸਾਹਿਬ ਕਹਿ ਰਹੇ ਨੇ ਕਿ ਹਾਂ ਗਲਤ ਹੋਇਆ, ਜਦਕਿ ਸੀਟ ਦੇਣ ਵਾਲੇ ਕਿਤੇ ਨਾ ਕਿਤੇ ਪ੍ਰਧਾਨ ਸਾਹਿਬ ਨੇ। ਨਹੀਂ, ਮੈਂ ਤਾਂ ਆਪ ਤੁਹਾਨੂੰ ਕਹਿਤਾ ਵਾਂ ਕਿ ਇਟ ਇਜ਼, ਦੇਖੋ ਗੱਲ ਇਹ ਹੈ ਕਿ ਗਲਤ ਨੂੰ ਗਲਤ ਕਹਿਣਾ ਚਾਹੀਦਾ ਜ਼ਿੰਦਗੀ 'ਚ, ਅਤੇ ਸਹੀ ਨੂੰ ਸਹੀ। ਇਹ ਫੈਸਲਾ ਸੁਖਬੀਰ ਬਾਦਲ ਦਾ ਗਲਤ ਹੈ। ਖਹਿਰਾ ਸਾਹਿਬ, ਸੰਗਰੂਰ ਦੇ ਵਿੱਚ ਤੁਸੀਂ ਜਾ ਰਹੇ ਹੋ, ਸੰਗਰੂਰ ਦਾ ਖਾਸ ਮੁੱਦਾ ਜੋ ਤੁਸੀਂ ਹੁਣ ਤੱਕ ਗੌਰ ਕੀਤਾ?
ਜਿੱਥੇ ਹੋਰ ਬੜੇ ਇਸ਼ੂਜ਼ ਜਿਹੜੇ ਕਿ ਮੈਂ ਆਹਿਸਤਾ ਆਹਿਸਤਾ ਮੈਂ ਆਪਣੇ ਇੱਕ ਸਿੰਪਲ ਸੰਗਰੂਰ ਲੋਕ ਸਭਾ ਦਾ ਮੈਨੀਫੈਸਟੋ ਤਿਆਰ ਕਰ ਰਿਹਾ ਵਾਂ। ਬਰੋਡਲੀ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਘੱਗਰ ਦਰਿਆ ਉਹ ਵੈਸੇ ਕਰਦਾ ਹਿੱਟ ਸਾਰੇ ਮਾਲਵੇ ਨੂੰ ਆ, ਸਟਾਰਟਿੰਗ ਫਰੋਮ ਪਟਿਆਲਾ ਟਿਲ ਬਠਿੰਡਾ ਜਦ ਤਾਈਂ ਬਾਹਰ ਖਤਮ ਨਹੀਂ ਹੋ ਜਾਂਦਾ। ਇਸ ਦਰਿਆ ਨੂੰ ਟੇਮ ਕਰਨ ਦੀ ਲੋੜ ਹੈਗੀ, ਇਹਨੂੰ ਕਿਸੇ ਤਰੀਕੇਕਾਰ ਵਿੱਚ ਲਿਆ ਕੇ ਇਹਦਾ ਪਾਣੀ ਸਗੋਂ ਯੂਟੀਲਾਈਜ਼ ਕਰਨ ਦੀ ਲੋੜ ਹੈ ਪੋਜ਼ਿਟਿਵਲੀ। ਇਸ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਐਜੂਕੇਸ਼ਨ ਦੇ ਹੈਲਥ ਕੇਅਰ ਦੀ ਜਿੱਦਾਂ ਟੇਲੈਂਡਸ ਆ ਜਿਹੜੇ, ਮਤਲਬ ਟੇਲੈਂਡ ਮਤਲਬ ਪਾਣੀ ਵਾਸਤੇ ਨਹੀਂ, ਜਿਹੜੇ ਅਖੀਰਲੇ ਇਲਾਕੇ ਨੇ ਲਹਿਰੇ ਦੇ ਦਰਿਆ ਘੱਗਰ ਟੱਪ ਕੇ ਜਿਹੜੇ ਪਿੰਡ ਨੇ ਬਹੁਤ ਸਾਰੇ, ਜਿੱਦਾਂ ਵੱਡਾ ਨੁਕਸਾਨ ਹਾਂ, ਉੱਥੇ ਨੁਕਸਾਨ ਤਾਂ ਹੈ ਹੀ ਆ ਜਿਹੜਾ ਫਸਲਾਂ ਦਾ ਵਗੈਰਾ, ਉਹ ਤਾਂ ਭਰਪਾਈ ਹੋਣੀ ਚਾਹੀਦੀ ਆ। ਪਰ ਜਿੱਥੇ ਕੋਈ ਪੜ੍ਹਨ ਪੜ੍ਹਾਈ ਵਾਲੇ ਕੋਈ ਸਾਧਨ ਨਹੀਂਗੇ, ਲਹਿਰੇ ਦੇ ਵਿੱਚ ਅੱਜ ਲੜਕੀਆਂ ਦੇ ਕਾਲਜ ਦੀ ਉਹਨਾਂ ਨੂੰ ਉਮੀਦ ਰੱਖਦੇ ਨੇ। ਇਸ ਤਰ੍ਹਾਂ ਨਾਲ ਹਰ ਕੌਂਸਟੀਟੂਐਂਸੀ ਵਿੱਚ ਜਿਹੜੇ ਇਸ਼ੂਜ਼ ਨੇ, ਚਾਹੇ ਉਹ ਤਾਲੀਮ ਦੇ ਨੇ, ਚਾਹੇ ਉਹ ਸਿਹਤ ਸੇਵਾਵਾਂ ਦੇ ਨੇ, ਚਾਹੇ ਉਹ ਪੀਣ ਵਾਲੇ ਸਾਫ਼ ਪਾਣੀ ਦੇ ਨੇ, ਇਹ ਸਾਰੀਆਂ ਬੇਸਿਕ ਗੱਲਾਂ ਜਿਹੜੀਆਂ ਅਸੀਂ ਇਹਦਾ ਖਲੜਾ ਤਿਆਰ ਕਰ ਰਹੇ ਹਾਂ ਔਰ ਹੁਣ ਇਹ ਸਾਰੀਆਂ ਗੱਲਾਂ ਲੋਕ ਸਭਾ 'ਚ ਰੱਖੀਆਂ ਜਾਣਗੀਆਂ। ਲਾਸਟ ਸਵਾਲ ਮੇਰਾ, ਜਦੋਂ ਸੁਖਪਾਲ ਸਿੰਘ ਖਹਿਰਾ ਸੰਗਰੂਰ ਆਏ ਨੇ, ਦਲਵੀਰ ਸਿੰਘ ਗੋਲਡੀ ਨੇ ਨਾਰਾਜ਼ਗੀ ਜਿਤਾਈ, ਉਸ ਤੋਂ ਬਾਅਦ ਇਕੱਠੇ ਹੋਏ, ਪਰ ਲਹਿਰਾ ਗਾਗਾ ਦੇ ਵਿੱਚ ਪ੍ਰੋਗਰਾਮ ਦਲਵੀਰ ਸਿੰਘ ਗੋਲਡੀ ਵੱਲੋਂ ਅਲੱਗ ਕੀਤਾ ਗਿਆ, ਭੱਠਲ ਪਰਿਵਾਰ ਦੇ ਵੱਲੋਂ ਅਲੱਗ ਕੀਤਾ ਗਿਆ। ਤੁਸੀਂ ਅੱਜ ਦੱਸੋ ਨਾ ਕਿ ਦਲਵੀਰ ਸਿੰਘ ਗੋਲਡੀ ਧੂਰੀ ਵਿੱਚ ਵੀ ਮੇਰੇ ਨਾਲ ਸੀਗੇ ਜਦੋਂ ਸਟਾਰਟ ਕੀਤਾ, ਅਤੇ ਅੱਜ ਸੁਨਾਮ ਵਿੱਚ ਵੀ ਮੇਰੇ ਨਾਲ ਨੇ। ਜਦੋਂ ਇੱਕ ਕੈਂਡੀਡੇਟ ਦੇ ਕੋਲ ਫਰਜ਼ ਕਰੋ 10 ਪ੍ਰੋਗਰਾਮ ਹੋਊਗਾ, 10 ਥਾਂ 'ਤੇ ਇਕੱਠਾ ਨਹੀਂ ਜਾ ਸਕਦਾ। ਇਸ ਕਰਕੇ ਇੱਕ ਪ੍ਰੋਗਰਾਮ ਲਹਿਰੇ ਦੇ ਵਿੱਚ ਗੋਲਡੀ ਨੇ ਮੇਰੇ ਬਿਹਾਫ 'ਤੇ ਅਟੈਂਡ ਕੀਤਾ, ਗੱਲ ਮੁੱਕ ਗਈ ਹੈ। ਸੋ ਇਹ ਕੋਈ ਡਿਫਰੈਂਸਿਸ ਨਹੀਂ। ਗੋਲਡੀ ਨੇ ਟਿਕਟ ਮੰਗੀ, ਉਹਦਾ ਅਧਿਕਾਰ ਹੈ। ਕਾਲਾ ਕੁਲਦੀਪ ਢਿੱਲੋਂ ਬਰਨਾਲੇ ਨੇ ਟਿਕਟ ਮੰਗੀ, ਉਹਦਾ ਅਧਿਕਾਰ ਹੈ। ਅਗਰ ਵਜਿੰਦਰ ਸਿੰਗਲਾ, ਹਾਲਾਂਕਿ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਮੰਗੀ ਨਹੀਂ, ਮੈਂ ਤਾਂ ਤੁਹਾਡੇ ਹੱਕ 'ਚ ਕਹਿ ਕਿਹਾ ਸੀ, ਅਗਰ ਮੰਗਦੇ ਸੀ ਉਹਨਾਂ ਦਾ ਅਧਿਕਾਰ ਹੈ। ਕੋਈ ਵਰਕਰ ਵੱਡੀ ਤੋਂ ਵੱਡੀ ਟਿਕਟ ਮੰਗ ਸਕਦਾ, ਪਰ ਟਿਕਟ ਤੱਕ ਲੜਾਈ ਹੈ। ਜਦੋਂ ਟਿਕਟ ਖਤਮ ਹੋ ਗਈ, ਸਾਡੀ ਪਾਰਟੀ ਸੰਗਰੂਰ ਵਿੱਚ ਕੰਪਲੀਟਲੀ ਯੂਨਾਈਟਿਡ ਹੈ ਜੀ।